ਪੰਜਾਬ ਗਵਰਨਮੈਂਟ ਨੇ ਨਿਊ ਵੈਕੈਂਸੀਜ਼ ਕੱਢੀਆਂ ਨੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ। ਅਸਿਸਟੈਂਟ ਸੁਪਰਡੈਂਟ ਵੈਲਫੇਅਰ ਆਫਿਸਰ ਹੈ, ਪ੍ਰੋਬੇਸ਼ਨ ਆਫਿਸਰ ਹੈ, ਟੋਟਲ 46 ਵੈਕੈਂਸੀਜ਼ ਨੇ। PSSS ਬੋਰਡ ਨੇ ਤੁਹਾਡਾ ਪੇਪਰ ਕੰਡਕਟ ਕਰਨਾ ਹੈ, ਠੀਕ ਹੈ ਜੀ। ਐਂਡ 33 ਵੂਮੈਨ ਰਿਜ਼ਰਵੇਸ਼ਨਸ ਵੀ ਅਪਲਾਈਡ ਹੈ ਇਹਦੇ ਵਿੱਚ। ਔਰ ਇਸ ਸਲਾਈਡ ਵਿੱਚ ਅਸੀਂ ਗੱਲ ਕਰਾਂਗੇ ਕੁਆਲੀਫਿਕੇਸ਼ਨ ਐਲੀਜੀਬਿਲਿਟੀ, ਸਿਲੇਬਸ, ਸੈਲਰੀ ਐਂਡ ਪ੍ਰੋਸੈਸ ਦੀ। ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਇਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਇਹਨੂੰ ਮੈਕਸੀਮਮ ਸ਼ੇਅਰ ਕਰੋ। ਐਡਵਰਟੀਜ਼ਮੈਂਟ ਡੇਟ ਹੈ 13 ਨਵੰਬਰ, ਐਪਲੀਕੇਸ਼ਨ ਸਟਾਰਟ ਹੋ ਚੁੱਕੀਆਂ ਨੇ 16 ਨਵੰਬਰ ਤੋਂ, ਐਂਡ ਲਾਸਟ ਡੇਟ ਹੈ ਅਪਲਾਈ ਕਰਨੇ ਦੀ 7 ਦਸੰਬਰ 5 ਵਜੇ ਤੱਕ। ਪਲੀਜ਼ ਧਿਆਨ ਰੱਖਣਾ ਇਸ ਚੀਜ਼ ਦਾ। ਐਂਡ ਲਾਸਟ ਡੇਟ ਟੂ ਡਿਪੋਜ਼ਿਟ ਫੀਸ ਹੈ 10 ਦਸੰਬਰ ਤੋਂ ਪਹਿਲਾਂ ਤੁਸੀਂ ਆਪਣੀ ਫੀਸ ਡਿਪੋਜ਼ਿਟ ਕਰਵਾ ਦੇਣੀ ਹੈ, ਠੀਕ ਹੈ ਜੀ। ਵੈਬਸਾਈਟ ਓਫੀਸ਼ਲ, ਦਿਸ ਇਜ਼ ਦਾ ਓਫੀਸ਼ਲ ਵੈਬਸਾਈਟ, ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣਾ ਫੋਰਮ ਭਰਨਾ ਹੈ। ਜਨਰਲ ਦੇ ਲਈ ਫੀਸ ਹੈ 1000, SC, OBC ਐਂਡ ਇਕਨੋਮਿਕ ਵੀਕਰ ਸੈਕਸ਼ਨ ਜੋ ਜਨਰਲ ਦੇ ਲਈ ਕੋਟਾ ਅਪਲਾਈ ਕੀਤਾ ਗਿਆ ਹੈ EWS ਦਾ, ਉਹਦੀ 250 ਰੁਪਿਆ ਹੈ ਫੀਸ। ਐਕਸ ਸਰਵਿਸਮੈਨ 200। ਕੁਆਲੀਫਿਕੇਸ਼ਨ, ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ, ਆਰਟਸ, ਸਾਇੰਸ, ਐਗਰੀਕਲਚਰ ਜਾਂ ਕਮਰਸ ਦੀ ਰੈਕੋਗਨਾਈਜ਼ਡ ਯੂਨੀਵਰਸਿਟੀ, ਇਹਦਾ ਮਤਲਬ ਹੁੰਦਾ UGC ਤੋਂ ਰੈਕੋਗਨਾਈਜ਼ ਹੋਣੀ ਚਾਹੀਦੀ ਹੈ ਤੁਹਾਡੀ ਯੂਨੀਵਰਸਿਟੀ, ਜਿਸ ਯੂਨੀਵਰਸਿਟੀ ਨੂੰ UGC ਰੈਕੋਗਨਾਈਜ਼ ਕਰਦਾ ਹੈ। ਪੰਜਾਬੀ ਵਿੱਚ, ਸੋਰੀ, 10th ਵਿੱਚ ਪੰਜਾਬੀ ਮਸਟ ਹੈ। ਤੁਸੀਂ 10th ਕਲਾਸ ਦੇ ਵਿੱਚ ਪੰਜਾਬੀ ਦਾ ਪੇਪਰ ਦਿੱਤਾ ਹੋਣਾ ਚਾਹੀਦਾ। ਜਿਨ੍ਹਾਂ ਨੇ ਨਹੀਂ ਦਿੱਤਾ ਹੁੰਦਾ ਉਹ, ਚਲੋ ਇਸ ਵਾਰ ਤਾਂ ਮੇ ਬੀ ਤੁਹਾਨੂੰ ਨਹੀਂ, ਅਗਰ ਜਿਨ੍ਹਾਂ ਨੇ 10th 'ਚ ਪੰਜਾਬੀ ਨਹੀਂ ਕੀਤੀ ਇਸ ਵਾਰ ਇਸ ਪੇਪਰ ਲਈ, ਜੇ ਉਹ ਐਲੀਜੀਬਲ ਨਹੀਂ ਨੇ ਤਾਂ ਉਹਨਾਂ ਲਈ ਨੈਕਸਟ ਹੈ ਜੀ ਓਪਨ ਬੋਰਡ ਤੋਂ ਤੁਸੀਂ ਪੇਪਰ ਦੇ ਕੇ, ਸਪੈਸ਼ਲੀ ਫੋਰ ਪੰਜਾਬੀ, ਪੰਜਾਬ ਦੇ ਪੇਪਰਸ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਤੁਸੀਂ ਓਪਨ ਬੋਰਡ ਦੇ ਵਿੱਚ ਪੰਜਾਬੀ ਦਾ ਪੇਪਰ ਦੇ ਸਕਦੇ ਹੋ। ਇਹ ਨੈਕਸਟ ਹੈ ਏਜ ਕ੍ਰਾਈਟੀਰੀਆ, 21 to 27 ਈਅਰਸ, ਠੀਕ ਹੈ। 21 ਤੋਂ ਘੱਟ ਨਹੀਂ ਹੋਣੇ ਚਾਹੀਦੇ, 1 ਜਨਵਰੀ 2020 ਤੁਹਾਡੀ 21 ਦੀ ਏਜ ਪੂਰੀ ਹੋ ਜਾਣੀ ਚਾਹੀਦੀ ਹੈ। OBC ਐਂਡ SC ਨੂੰ 5 ਈਅਰਸ ਦੀ ਰਿਲੈਕਸੇਸ਼ਨ ਹੈ, 32 ਈਅਰਸ। ਕੋਈ ਸੈਂਟਰ ਜਾਂ ਸਟੇਟ ਗਵਰਨਮੈਂਟ ਦੇ ਇੰਪਲੋਈਜ਼ ਨੇ ਉਹਨਾਂ ਨੂੰ ਵੀ ਰਿਲੈਕਸੇਸ਼ਨ ਹੈ, ਉਹ 35 ਈਅਰਸ ਓਲਡ ਤੱਕ ਦੇ ਸਕਦੇ ਨੇ ਇਹਦਾ ਪੇਪਰ। ਮਸਟ ਹੈਵ ਕੰਪਲੀਟਿਡ 5 ਈਅਰ ਆਫ ਸਰਵਿਸ, ਉਹਨਾਂ ਨੇ ਆਪਣੀ 5 ਸਾਲਾਂ ਦੀ ਸਰਵਿਸ ਕੰਪਲੀਟ ਕੀਤੀ ਹੋਣੀ ਚਾਹੀਦੀ ਹੈ। ਐਂਡ ਐਕਸ ਸਰਵਿਸ ਜਿਹੜੇ ਸਰਵਿਸਮੈਨ ਹੈ ਉਹਨਾਂ ਦੇ ਲਈ ਸਪੈਸ਼ਲ ਹੈ ਕਿ ਜਿੰਨਾ ਵੀ ਟਾਈਮ ਉਹਨਾਂ ਨੇ ਆਪਣੀ ਸਰਵਿਸ ਦਾ ਆਰਮੀ ਵਿੱਚ ਲਗਾਇਆ ਹੈ ਉਹ ਟਾਈਮ ਪੀਰੀਅਡ ਨੂੰ ਉਹ ਡਿਡਕਟ ਕਰ ਦਊਗੇ। ਦੈਨ ਉਹਨਾਂ ਨੂੰ 27 ਦੇ ਉੱਪਰ ਇੱਕ ਗ੍ਰੇਸ ਮਿਲੇਗੀ 3 ਸਾਲਾਂ ਦੀ, ਠੀਕ ਹੈ। ਦੈਟ ਗ੍ਰੇਸ ਪੀਰੀਅਡ ਇਜ਼ 3 ਈਅਰਸ, ਠੀਕ ਹੈ। ਦੈਨ ਉਹਨਾਂ ਦੀ ਏਜ ਜਿਹੜੀ ਹੈ ਉਹਦੇ ਅਕੋਰਡਿੰਗਲੀ ਐਲੀਜੀਬਲ ਹੋਣੀ ਚਾਹੀਦੀ ਹੈ। ਪ੍ਰੋਸੈਸ ਹੈ ਇਹਦਾ, ਪਹਿਲਾਂ ਰਿਟਨ ਟੈਸਟ ਹੋਏਗਾ, ਦੈਨ ਕਾਉਂਸਲਿੰਗ ਹੋਏਗੀ ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਸਰਟੀਫਿਕੇਟਸ ਵਗੈਰਾ ਉੱਥੇ ਸਬਮਿਟ ਕਰਾਉਣੇ ਹੁੰਦੇ ਨੇ, ਉਹ ਚੈੱਕ ਕਰਦੇ ਨੇ ਕਿ ਤੁਹਾਡੀ ਐਲੀਜੀਬਿਲਟੀ, ਅਗਰ ਤੁਸੀਂ OBC ਕੋਟਾ ਅਪਲਾਈ ਕੀਤਾ ਹੈ, ਤੁਸੀਂ ਪੰਜਾਬ ਦੇ ਡੋਮੀਸਾਈਲ ਹੋ ਜਾਂ ਨਹੀਂ, ਤਾਂ ਤੁਹਾਡੇ ਕੋਲ ਕੋਟਾ ਦਾ ਸਰਟੀਫਿਕੇਟ ਹੈ, ਉਹ ਸਾਰੀ ਵੈਰੀਫਿਕੇਸ਼ਨ ਹੁੰਦੀ ਹੈ ਉੱਥੇ, ਤੁਹਾਡੀ ਡਿਗਰੀਜ਼ ਵੈਰੀਫਾਈ ਹੁੰਦੀਆਂ ਨੇ। ਦੈਨ ਫਿਜ਼ੀਕਲ ਮੈਜਰਮੈਂਟ ਹੋਏਗੀ, ਦੈਨ ਫਿਜ਼ੀਕਲ ਐਫੀਸ਼ੈਂਸੀ ਟੈਸਟ ਹੋਏਗਾ, ਠੀਕ ਹੈ। ਇਗਜ਼ਾਮ ਤੁਹਾਡਾ 2 ਲੈਂਗੁਏਜਸ 'ਚ ਹੋਏਗਾ, ਬਾਇਲੈਂਗੁਅਲ ਹੈ, ਇੰਗਲਿਸ਼ ਐਂਡ ਪੰਜਾਬੀ। MCQ ਬੇਸਡ ਓਬਜੈਕਟਿਵ ਟਾਈਪ ਕੁਸ਼ਚਨ ਹੈ। ਇਹ ਨੰਬਰ ਆਫ ਪੋਸਟ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ, ਇਹਦੇ ਵਿੱਚ ਪੂਰੀ ਕੱਟ ਆਫ ਹੈ ਕਿ ਜਰਨਲ ਦੀਆਂ ਕਿੰਨੀਆਂ ਸੀਟਾਂ ਨੇ, ਜਿਹਦੇ ਵਿੱਚੋਂ 33% ਵੂਮੈਨ ਰਿਜ਼ਰਵੇਸ਼ਨ ਹੈ, 6 ਕੁੜੀਆਂ ਦੀਆਂ ਨੇ, ਠੀਕ ਹੈ। ਅਤੇ ਸੇਮ EWS ਦੀਆਂ 5 ਨੇ, ਜਿਹਦੇ ਵਿੱਚੋਂ ਅਗੇਨ 2 ਵੂਮੈਨ ਦੀਆਂ ਨੇ, ਅਤੇ ਸਾਰਾ ਕੱਟ ਆਫ ਹੈ, ਤੁਸੀਂ ਦੇਖ ਸਕਦੇ ਹੋ। ਇਹ ਸਾਰੀਆਂ ਨੰਬਰ ਆਫ ਸੀਟਸ ਨੇ, ਵੈਕੈਂਸੀਜ਼ ਨੇ, ਔਰ ਅੱਗੇ ਉਹਨਾਂ ਨੇ ਡਿਵੀਜ਼ਨ ਕੀਤੀ ਹੋਈ ਹੈ ਉਹਨਾਂ ਦੀ, ਤੁਸੀਂ ਚੈੱਕ ਕਰ ਸਕਦੇ ਹੋ। ਨੈਕਸਟ, ਐਲੀਜੀਬਿਲਟੀ ਫੋਰ ਫਿਜ਼ੀਕਲ ਮੈਜਰਮੈਂਟ ਟੈਸਟ, ਮੇਲ ਹਾਈਟ ਹੋਣੀ ਚਾਹੀਦੀ ਆ ਮੇਲ ਕੈਂਡੀਡੇਟ ਦੀ, 5 ਫੀਟ 7 ਇੰਚ ਐਂਡ
ਥੋੜ੍ਹਾ ਜਿਹਾ, ਸੋਰੀ ਇੱਥੇ 5 ਲਿਖੋਗੇ, 7 ਲਿਖੋਗੇ, ਤਾਂ 5 ਫੀਟ 5 ਇੰਚ ਚੱਲੇਗੀ ਡੋਗਰਾਜ਼ ਐਂਡ ਗੋਰਖਾਜ਼ ਲਈ, ਠੀਕ ਹੈ। ਚੈਸਟ ਮੈਜ਼ਰਮੈਂਟ ਦਿੱਤੀ ਹੋਈ ਆ, ਫੀਮੇਲ 5 ਫੀਟ 3 ਇੰਚ ਹਾਈਟ ਹੋਣੀ ਚਾਹੀਦੀ ਆ, ਵੇਟ ਹੋਣਾ ਚਾਹੀਦਾ ਹੈ 50 kgs ਦਾ, ਠੀਕ ਹੈ। ਫਿਜ਼ੀਕਲ ਐਫੀਸ਼ੀਐਂਸੀ ਟੈਸਟ, ਬੈਂਚ ਮਾਰਕ ਆਫ ਮਿਨੀਮਮ ਸਟੈਂਡਰਡ, ਉਹ ਮੈਂ ਨੈਕਸਟ ਸਲਾਈਡ ਤੁਹਾਨੂੰ ਸਮਝਾ ਦਿੰਦੀ ਹਾਂ ਕੀ ਹੈ ਫਿਜ਼ੀਕਲ ਐਫੀਸ਼ੀਐਂਸੀ ਟੈਸਟ। ਸੈਲਰੀ ਜੋ ਹੈ ਅਪਰੋਕਸੀਮੇਟਲੀ ਇਹਦੇ ਵਿੱਚ 35,400 ਪਰ ਮੰਥ ਹੈ। ਨਾਓ ਵੀਲ ਡਿਸਕਸ ਦ ਸਿਲੇਬਸ। ਫਸਟ ਹੈ ਕੁਆਂਟੀਟੇਟਿਵ ਅਬਿਲਿਟੀ, 15 ਅਪਰੋਕਸੀਮੇਟਲੀ ਇਹੋ ਕੁਸ਼ਚਨ ਆ ਸਕਦੇ ਨੇ। ਦੇਖੋ ਇਹਦੇ ਵਿੱਚ ਉਹਨਾਂ ਨੇ ਅਪਰੋਕਸ ਵਰਡ ਇਸ ਕਰਕੇ ਲਾਇਆ ਹੈ ਕਿਉਂਕਿ ਵੇਰੀ ਕਰ ਸਕਦੇ, ਜ਼ਰੂਰੀ ਨਹੀਂ ਹੈ ਕਿ ਅਗਰ ਉਹਨਾਂ ਨੇ ਲਿਖਿਆ ਹੈ 15 ਤਾਂ ਇਹਦੇ ਵਿੱਚੋਂ 15 ਕੁਸ਼ਚਨਸ ਹੀ ਆ ਸਕਦੇ, ਘੱਟ ਵੀ ਹੋ ਸਕਦੇ ਆ, ਜ਼ਿਆਦਾ ਵੀ ਹੋ ਸਕਦੇ ਆ। ਤੋ ਇਹ ਸਾਰਾ ਸਿਲੇਬਸ ਹੈ ਕੁਆਂਟੀਟੇਟਿਵ ਐਬਿਲਿਟੀ ਦਾ। ਨੈਕਸਟ ਦਿਸ ਇਜ਼ ਕੰਪਿਊਟਰ ਸਿਲੇਬਸ, ਅਗੇਨ 20 ਅਪਰੋਕਸ ਲਿਖਿਆ ਹੈ, 20 ਤੋਂ ਜ਼ਿਆਦਾ ਕੁਸ਼ਚਨ ਵੀ ਆ ਸਕਦੇ ਨੇ, 20 ਤੋਂ ਘੱਟ ਵੀ ਆ ਸਕਦੇ ਨੇ। ਨੈਕਸਟ ਸਿਲੇਬਸ ਹੈ ਰੀਜਨਿੰਗ ਦਾ, ਅਗੇਨ ਇੱਥੇ 15 ਲਿਖਿਆ ਹੈ, ਠੀਕ ਹੈ, ਅਪਰੋਕਸੀਮੇਟਲੀ ਹੈ। ਦਿਸ ਇਜ਼ ਰੀਜਨਿੰਗ ਸਿਲੇਬਸ, ਤੁਸੀਂ ਇਕੱਲੀ ਇਕੱਲੀ ਸਲਾਈਡ ਗੋ ਥਰੂ ਹੋ ਸਕਦੇ ਹੋ। ਨੈਕਸਟ ਦਿਸ ਇਜ਼ ਇੰਗਲਿਸ਼ ਐਂਡ ਪੰਜਾਬੀ, ਠੀਕ ਹੈ, ਜੋ ਮਤਲਬ ਕਿ ਪੰਜਾਬੀ ਔਰ ਇੰਗਲਿਸ਼ ਦਾ ਸੇਮ ਚੀਜ਼ ਹੈ ਇਹ ਆਰਟੀਕਲਸ, ਜਿਵੇਂ ਪੰਜਾਬੀ 'ਚ ਵੀ ਪ੍ਰੈਪੋਜੀਸ਼ਨਸ ਵਗੈਰਾ, ਵਨ ਵਰਡ ਸਬਸਟੀਟਿਊਟਸ, ਇੰਗਲਿਸ਼ 'ਚ ਮੈਂ ਸਾਰਾ ਲਿਖਿਆ, ਬਟ ਇਹ ਸਾਰੀਆਂ ਚੀਜ਼ਾਂ ਪੰਜਾਬੀ ਵਿੱਚ ਵੀ ਆਉਣਗੀਆਂ। ਜੀਕੇ ਹੈ, ਜੀਕੇ ਦੇ ਵਿੱਚ ਦੇਖੋ ਇਹਨਾਂ ਨੇ ਵੈਸੇ ਤਾਂ ਬੜਾ ਹੀ ਘੁਮਾ ਕੇ ਥੋੜ੍ਹੇ ਜਿਹੇ ਟੋਪਿਕ ਪਾ ਦਿੱਤੇ, ਬਟ ਇਹਦੇ ਵਿੱਚ ਇਹਨੇ ਸਾਰੀ ਪੋਲਿਟੀ ਕਵਰ ਕਰਤੀ, ਸੋਰੀ ਹਿਸਟਰੀ ਕਵਰ। ਐਂਡ ਸੀ ਇੱਥੇ ਇਹਨਾਂ ਨੇ ਹਿਸਟਰੀ ਲਿਖੀ ਹੈ, ਹਿਸਟਰੀ ਏਸ਼ੀਅੰਟ, ਮਡੀਵਲ, ਮਾਡਰਨ ਐਂਡ ਵਰਲਡ ਹਿਸਟਰੀ ਕਵਰ ਹੋ ਗਈ, ਪਲੱਸ ਕਲਚਰ ਵੀ ਐਡ ਕਰਤਾ। ਐਂਡ ਹਿਸਟਰੀ ਵਿੱਚ ਮੂਵਮੈਂਟਸ, ਜਿੰਨੀਆਂ ਵੀ ਮੂਵਮੈਂਟਸ ਹੈ ਜਾਂ ਕੋਈ ਇਨਵਾਇਰਮੈਂਟ ਰਿਲੇਟਡ ਮੂਵਮੈਂਟ ਹੈ, ਠੀਕ ਹੈ ਜੀ, ਕੋਈ ਵੀ ਮੂਵਮੈਂਟ, ਕੋਈ ਵੀ ਇੰਪੋਰਟੈਂਟ ਈਵੈਂਟਸ, ਕੋਈ ਸਬਮਿਟ ਚੱਲ ਰਹੇ ਨੇ, ਐਂਡ ਦੇਖੋ ਇਹਨਾਂ ਨੇ ਆਲਮੋਸਟ ਹਰ ਚੀਜ਼ ਨੂੰ ਹੀ ਕਵਰ ਕਰਤਾ। ਕਲਚਰਸ, ਕਰੰਟ ਅਫੇਅਰ ਦੀ ਗੱਲ ਕੀਤੀ ਹੈ, ਸਾਰੇ ਕਰੰਟ ਅਫੇਅਰ ਨੈਸ਼ਨਲ ਐਂਡ ਪੰਜਾਬ ਦੇ, ਜੋਗ੍ਰਾਫੀ ਦੀ, ਫਿਜ਼ੀਕਲ ਫੀਚਰ ਦੀ ਗੱਲ ਕਰੀਏ, ਹਰ ਚੀਜ਼ ਪਾਤੀ ਇਹਦੇ ਵਿੱਚ, ਠੀਕ ਹੈ, ਕੋਈ ਛੱਡਿਆ ਹੀ ਨਹੀਂ। ਐਂਡ ਮੇਨਲੀ ਇਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਜੋਗ੍ਰਾਫੀ ਐਂਡ ਇੰਡੀਅਨ ਕਲਾਈਮੇਟ ਦੀ, ਕਲਾਈਮੇਟ ਨੂੰ ਪੜ੍ਹਨਾ ਹੈ, ਵਰਲਡ ਜੋਗ੍ਰਾਫੀ ਤੁਸੀਂ ਨਹੀਂ ਪੜ੍ਹਨੀ, ਠੀਕ ਹੈ। ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ, ਸਾਰੀ ਇਕੋਨਮੀ ਪਾਤੀ, ਜਾਂ ਕਹਿ ਲਓ ਕਿ ਇਹਦੇ ਵਿੱਚ ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ ਦੀਆਂ ਜਿੰਨੀਆਂ ਵੀ ਸਕੀਮਸ ਕੋਈ ਪੰਜਾਬ ਗਵਰਨਮੈਂਟ ਚਲਾ ਰਹੀ ਹੈ ਜਾਂ ਕੋਈ ਸੈਂਟਰ ਗਵਰਨਮੈਂਟ ਚਲਾ ਰਹੀ ਹੈ, ਸਾਰੀਆਂ ਐਂਡ ਸੋਸ਼ਲ ਡਿਵੈਲਪਮੈਂਟ, ਠੀਕ ਹੈ ਜੀ, ਇਹ ਸਾਰੇ ਵਿੱਚ ਕੀ ਆ, ਸਕੀਮਸ ਹੁੰਦੀਆਂ ਜਿਹੜੀਆਂ ਸੈਂਟਰ ਔਰ ਪੰਜਾਬ ਗਵਰਨਮੈਂਟ ਨੇ ਸਟਾਰਟ ਕੀਤੀਆਂ, ਉਹ ਤੁਸੀਂ ਕਵਰ ਕਰਨੀਆਂ। ਇਕਨੋਮਿਕ ਪਲੈਨਿੰਗ ਆ ਗਈ, ਇਕੋਨਮੀ ਲਿਆਤੀ, ਠੀਕ ਹੈ ਜੀ, ਸਾਰੇ ਇਕਨੋਮਿਕ ਪਲੈਨਸ ਵਗੈਰਾ ਤੁਸੀਂ ਪੜ੍ਹਨੇ ਨੇ, ਕੀ ਸਕੀਮਸ ਨੇ, ਇਕਨੋਮਿਕਸ ਦੇ ਕਰੰਟ ਅਫੇਅਰ ਓਬਵੀਅਸਲੀ ਬੇਸਿਕ ਵੀ ਆ ਗਏ। ਹਿਸਟਰੀ ਦੇ ਵਿੱਚ ਆਈ ਟੋਲਡ ਯੂ ਕਲਚਰ ਦੀ ਵੀ ਗੱਲ ਕਰਤੀ, ਨੌਲੇਜ ਰਿਲੇਟਡ ਟੂ ਪੋਲੀਟੀਕਲ ਐਂਡ ਸਾਇੰਟਿਫਿਕ ਫੀਲਡ, ਮਤਲਬ ਆਪਕੋ, ਮਤਲਬ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਵੀ ਪੜ੍ਹਨੀ ਹੈ, ਠੀਕ ਹੈ ਜੀ, ਸਪੋਰਟਸ, ਮਤਲਬ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਸਾਇੰਟਿਫਿਕ ਫੀਲਡ ਇਜ਼ ਓਬਵੀਅਸਲੀ ਸਾਇੰਸ ਐਂਡ ਟੈਕਨੋਲੋਜੀ ਦੋਨੋਂ ਕਰਦੇ ਕਵਰ, ਸਪੋਰਟਸ ਵੀ ਕਵਰ ਕਰਤਾ, ਸਿਨੇਮਾ ਐਂਡ ਲਿਟਰੇਚਰ ਵੀ ਕਵਰ ਕਰ ਦਿੱਤਾ, ਲੀਡਰਸ ਆਫ ਇੰਡੀਆ ਐਂਡ ਪੰਜਾਬ, ਮਤਲਬ ਇਹਨਾਂ ਨੇ ਕੁਛ ਨਹੀਂ ਛੱਡਿਆ, ਸਾਰੀ ਹੀ GK ਜੋ ਅਸੀਂ ਕੰਪੀਟੇਟਿਵ ਐਗਜ਼ਾਮ ਦੇ ਵਿੱਚ ਪੜ੍ਹਦੇ ਹਾਂ ਇੱਥੇ ਕਵਰ ਕਰਨੀ ਹੀ ਕਰਨੀ ਹੈ, ਪਲੱਸ ਪੰਜਾਬ ਦੀ, ਠੀਕ ਹੈ ਜੀ। ਨੈਕਸਟ ਹੈ ਇੱਕ ਪੋਲਿਟੀ ਦੀ ਜ਼ਿਕਰ, ਉਹਨੇ ਪਿਛਲੀ ਸਲਾਈਡਸ ਨਹੀਂ ਕੀਤਾ, ਉਹਦੇ ਲਈ ਅਲੱਗ ਪੋਰਸ਼ਨ ਔਰ ਅਲੱਗ ਨੰਬਰ ਡਿਸਕ੍ਰਾਈਬ ਕਰਤੇ, ਇਹਦੇ ਵਿੱਚ ਵੀ ਇਹਨਾਂ ਨੇ ਕੁਛ ਨਹੀਂ ਛੱਡਿਆ, ਜੁਡੀਸ਼ਰੀ ਵੀ ਹੈ, ਲੈਜਿਸਲੇਚਰ ਵੀ ਸਾਰਾ ਹੀ ਹੈ, ਔਰ ਐਗਜ਼ੈਕਟਿਵ ਵੀ ਸਾਰਾ ਹੀ ਪਾ ਦਿੱਤਾ ਹੈ, ਠੀਕ ਹੈ। ਹੋਲ ਕੌਨਸਟੀਟਿਊਸ਼ਨ ਜੋ ਅਸੀਂ ਪੜ੍ਹਦੇ ਹੀ ਹਾਂ ਨੋਰਮਲ ਐਗਜ਼ਾਮੀਨੇਸ਼ਨਸ ਦੇ ਲਈ, ਜੋ ਸਾਡਾ ਸਿਲੇਬਸ ਹੈ, ਇਹ ਸਾਰਾ ਹੀ ਸਿਲੇਬਸ ਉਹ ਹੈ, ਠੀਕ ਹੈ ਜੀ। ਸੋ ਇਹ ਤੁਹਾਡਾ ਹੋਲ ਸਿਲੇਬਸ ਹੈ, ਇਹਨੂੰ ਤੁਸੀਂ ਸਾਰੇ ਨੂੰ ਕਵਰ ਕਰਨਾ ਹੈ, ਠੀਕ ਹੈ। ਨੈਕਸਟ ਫਿਜ਼ੀਕਲ ਐਫੀਸ਼ੀਐਂਸੀ ਟੈਸਟ, ਮੇਲ ਔਰ ਫੀਮੇਲ ਦੇ ਲਈ ਇਹ ਸਾਰਾ ਕ੍ਰਾਈਟੀਰੀਆ ਹੈ ਇੱਥੇ ਲਿਖਿਆ ਹੋਇਆ, ਐਲੀਜੀਬਲ ਟਾਈਮ ਐਂਡ ਡਿਸਟੈਂਸ ਸਾਰਾ ਕੁਛ ਲਿਖਿਆ ਹੋਇਆ, ਐਂਡ ਤੁਹਾਨੂੰ ਕਿੰਨੀ ਵਾਰ ਚਾਂਸਿਸ ਮਿਲਣਗੇ। ਸੇਮ ਫੋਰ ਹੇਅਰ, ਐਕਸ ਸਰਵਿਸ ਮੈਨ ਦਾ ਵੀ ਲਿਖਿਆ ਹੋਇਆ ਆ, ਠੀਕ ਹੈ ਜੀ, ਇਹ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਸਲਾਈਡਸ ਤੋਂ। ਐਂਡ ਅਗਰ ਤੁਹਾਡੇ ਕੋਈ ਵੀ ਡਾਊਟਸ ਨੇ,
ਇਸ ਪੇਪਰ ਨੂੰ ਲੈ ਕੇ ਤੁਸੀਂ ਸਾਨੂੰ ਸਾਡੇ ਨੰਬਰਸ 'ਤੇ ਵੀ ਫੋਨ ਕਰ ਸਕਦੇ ਹੋ ਐਂਡ ਤੁਸੀਂ ਕੋਈ ਵੀ ਆਪਣਾ ਕੁਐਸਚਨ ਹੈ ਕਲੈਰੀਫਾਈ ਕਰ ਸਕਦੇ ਹੋ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ, ਕੀਪ ਸ਼ੇਅਰਿੰਗ ਦਿਸ। ਥੈਂਕ ਯੂ ਸੋ ਮਚ।